ਆਪਾਂ ਬੀਤੇ ਕੱਲ ਹੀ ਅਜੇ ਜ਼ਿਕਰ ਕੀਤਾ ਸੀ ਕਿ 4-5 ਸਿਆਸੀ ਧਿਰਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਗਈਆਂ ਅਤੇ ਉਹ ਧਿਰਾਂ ਹੁਣ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਯਾਨੀ ਕਿ NDA ਦੀ ਬੈਠਕ 'ਚ ਜਾ ਰਹੀਆਂ ਅਤੇ ਆਪਾਂ ਕੱਲ੍ਹ ਹੀ ਚਰਚਾ ਕਰਦੇ ਸੀ ਕਿ ਕਿੱਦਾਂ ਹੋਊਗਾ ਤੇਲਗੂ ਦੇਸਮ ਪਾਰਟੀ ਅਤੇ ਅਕਾਲੀ ਦਲ ਨੂੰ ਮੋਹ ਭਰਿਆ ਨਿੱਘ ਭਰਿਆ ਸੱਦਾ ਆਊਗਾ ਕਿ ਨਹੀਂ, ਜਿਹਦੇ ਵਿੱਚ ਲਿਖਿਆ ਹੋਊਗਾ ਕਿ ਭਾਈ ਇੱਕ ਨੇਂਦਾ ਜਾਂ ਸਾਰੇ ਟੱਬਰ ਨੂੰ ਨੇਂਦਾ। ਕੁਛ ਨਾ ਕੁਛ ਤਾਂ ਲਿਖਣਾ ਪੈਂਦਾ ਨਾ ਉਹਦੇ ਵਿੱਚ। ਪਰ ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬੇ ਦੇ ਇੰਚਾਰਜ ਵਿਜੇ ਰੂਪਾਣੀ ਸਾਹਿਬ ਨੂੰ ਪੱਤਰਕਾਰਾਂ ਨੇ ਫੇਰ ਘੇਰ ਲਿਆ, ਕਿਉਂਕਿ ਮੌਕਾ ਬੜਾ ਮੁਹੱਬਤ ਵਾਲਾ ਨਾ ਕਿ ਭਾਈ ਕੀ ਆਉਣ ਵਾਲੇ 2 ਦਿਨਾਂ ਦੇ ਵਿੱਚ ਇਸ ਗੱਠਜੋੜ ਦੀ ਤੂਤੀ ਫਿਰ ਬੋਲੂਗੀ ਕਿ ਨਹੀਂ ਬੋਲੂਗੀ। ਹੁਣ ਵਿਜੇ ਰੂਪਾਣੀ ਸਾਹਿਬ ਨੂੰ ਪੁੱਛਿਆ, ਤੁਸੀਂ ਇਹ ਦੇਖੋ ਕਿ ਤੁਹਾਡੇ ਬੰਦਿਆਂ ਦੀ ਸੰਧਾਲੀਆ ਸਾਹਿਬ ਰਾਜਨੀਤਿਕ ਲੀਡਰਾਂ ਦੀ ਭਾਸ਼ਾ ਜਿਹੜੀ ਆ ਬੜੀ ਕਮਾਲ ਦੀ ਹੁੰਦੀ ਹੈ। ਉਹ ਕਹਿੰਦੇ ਜੀ ਅਜੇ ਅੱਜ ਦੀ ਤਰੀਕ 'ਚ ਸਾਡਾ ਸਟੈਂਡ ਬੜਾ ਸਪਸ਼ਟ ਹੈ। ਜੋ ਸੁਨੀਲ ਜਾਖੜ ਭਾਜਪਾ ਦੇ ਸੂਬਾ ਪ੍ਰਧਾਨ ਨੇ ਆਖਿਆ ਕਿ ਅਸੀਂ ਇਕੱਲੇ ਆਪਣੇ ਦਮ 'ਤੇ ਚੋਣਾਂ ਲੜਨੀਆਂ, ਅਸੀਂ ਠੀਕ ਤਰੀਕੇ ਦੇ ਨਾਲ ਅੱਗੇ ਵਧਣਾ, ਅਸੀਂ 13 ਲੋਕ ਸਭਾ ਸੀਟਾਂ ਅਤੇ 117 ਵਿਧਾਨ ਸਭਾ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਕਰਨਾ ਮਜ਼ਬੂਤ ਹੈ, ਅਸੀਂ ਆਪਣੇ ਦਮ 'ਤੇ ਚੱਲਾਂਗੇ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦਾ ਅੱਜ ਦੀ ਤਰੀਕ ਦੇ ਵਿੱਚ ਕੋਈ ਰੌਲਾ ਨਹੀਂ। ਪਰ ਇੱਕ ਗੱਲ ਜਿਹੜੀ ਉਹ ਆਖਰੀ ਸਮੇਂ 'ਤੇ ਕਹਿ ਗਏ, ਪਰ ਕਹਿੰਦੇ ਸਮਾਂ ਬੜਾ ਬਲਵਾਨ ਹੁੰਦਾ ਹੈ, ਰਾਜਨੀਤੀ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਬਲਵਾਨ ਹੁੰਦਾ ਹੈ। ਅਤੇ ਜਿਹੜੀ ਗੱਲ ਫਿਰ ਤੁਸੀਂ ਬੀਤੇ ਕੱਲ੍ਹ ਕੀਤੀ ਸੀ ਨਾ ਕਿ ਅਜੇ ਔਖਾ, ਆਉਣ ਵਾਲੇ ਸਮੇਂ ਦੇ ਵਿੱਚ ਕੁਛ ਵੀ ਜਿਹੜਾ ਹੋ ਸਕਦਾ ਸੰਧਾਲੀਆ ਸਾਹਿਬ, ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਸਿਆਸੀ ਤੌਰ ਦੇ ਉੱਤੇ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਇਹ ਲੱਗਣ ਲੱਗ ਪਿਆ ਕਿ ਸੰਧਾਲੀਆ ਸਾਹਿਬ ਦੀ ਨਾ ਸਾਰੇ ਹੀ ਮਹਿਲਾਂ ਦੇ ਵਿੱਚ ਆਉਣੀ ਜਾਣੀ ਹੈਗੀ ਆ, ਭਾਵੇਂ ਟੈਲੀਫੋਨ 'ਤੇ ਹੋਵੇ, ਭਾਵੇਂ ਵੀਡੀਓ ਕਾਲ 'ਤੇ ਹੋਵੇ ਅਤੇ ਭਾਵੇਂ ਫਿਜ਼ੀਕਲੀ ਹੋਵੇ। ਨਹੀਂ ਦੇਖੋ, ਐਵੇਂ ਮੈਨੂੰ ਗਰੀਬ ਮਾਰ ਨਾ ਕਰੋ, ਮੈਨੂੰ ਪੱਠੇ ਪੁੱਠੇ ਵੱਢਣ ਦਿਓ, ਮੈਂ ਜਿਹੜੇ ਕੰਮ ਵਾਲਾ ਇਹੋ ਜਿਹੀ ਗੱਲ ਕੋਈ ਨਹੀਂ। ਮੈਂ ਤਾਂ ਜੋ ਦੇਖੋ ਕਾਰਨ ਆ ਵੀ ਜਿੰਨੀ ਕੁ ਆਪਣੀ ਮਾੜੀ ਮੋਟੀ ਸਮਝਦਾਨੀ ਆ ਨਾ, ਕਿਸੇ ਵੇਲੇ ਹੁੰਦੇ ਨੇ ਵੀ ਉਹ ਪੁਰਾਣੇ ਬੰਦੇ ਦੱਸ ਦਿੰਦੇ, ਕਹਿੰਦੇ ਯਾਰ ਇਹ ਬੱਦਲ ਜ਼ਰੂਰ ਚੜਿਆ ਪਰ ਜਿਹੜੀ ਹਵਾ ਵਗਦੀ ਆ ਨਾ ਇਹਨੇ ਪੈਣ ਨਹੀਂ ਦੇਣਾ, ਮੀਂਹ ਇਹਨੇ ਲੰਘਾ ਲੈਣਾ ਜੇ ਬੱਦਲ। ਮੈਂ ਤਾਂ ਉਸ ਹਿਸਾਬ ਨਾਲ ਗੱਲ ਕਰਦਾ ਸੀ ਵੀ ਜਿਹੋ ਜਿਹੇ ਆਸਾਰ ਨੇ ਉਸ ਹਿਸਾਬ ਨਾਲ ਅਜੇ ਨਹੀਂ ਜਾਂਦੇ ਜਾਪਦੇ, ਪਰ ਅਜੇ ਕਿਉਂਕਿ ਟਾਈਮ ਹੈਗਾ। ਗੱਲ ਬਿਲਕੁਲ ਠੀਕ ਹੈ ਰੂਪਾਣੀ ਸਾਹਿਬ ਨੇ ਵੀ ਅਜੇ ਹੁਣੇ ਆਪਾਂ ਹੁਣੇ ਇਕੱਠੇ ਹੋ ਲਈਏ, ਪੰਜਾਬ 'ਚ ਅੱਜ ਹੀ ਰੌਲਾ ਪਵਾ ਲਈਏ, ਬਸਪਾ ਵਾਲੇ ਭੈਣ ਜੀ ਹੁਣੀ ਅਲੱਗ ਔਖੇ ਹੋਏ ਫਿਰਨ ਵੀ ਇਹਨਾਂ ਨੇ ਸਾਡਾ ਭਾਈਵਾਲ ਤੋੜਤਾ। ਅਕਾਲੀ ਦਲ 'ਚ ਵੀ ਹੋ ਸਕਦਾ ਜੇ ਕਈ ਬੰਦੇ ਹੋਣ ਗੁੱਸੇ ਨਾਰਾਜ ਵੀ ਹਾਂ ਯਾਰ ਇੱਦਾਂ ਕਿੱਦਾਂ, ਅਤੇ BJP 'ਚ ਤਾਂ ਹੋਣਗੇ ਹੀ ਹੋਣਗੇ, ਕਿਉਂਕਿ BJP 'ਚ ਹੁਣ ਇਕੱਲੇ BJP ਵਾਲੇ ਨਹੀਂ ਨਾ ਹੈਗੇ, BJP 'ਚ ਤਾਂ ਹੁਣ ਬਹੁਤ ਸਾਰੇ ਕਾਂਗਰਸੀ ਵੀ ਨੇ, ਅਤੇ ਕਈ ਅਕਾਲੀ ਦਲ ਵਾਲਿਆਂ ਨੂੰ ਉਹਨਾਂ ਦੇ ਨਾਲ ਬਹਿਣਾ ਜਾਂ ਕਾਂਗਰਸੀਆਂ ਨੂੰ ਅਕਾਲੀਆਂ ਦੇ ਨਾਲ ਬਹਿਣਾ ਵੀ ਅਜੇ ਔਖਾ ਲੱਗੂਗਾ। ਸੋ ਥੋੜ੍ਹਾ ਥੋੜ੍ਹਾ ਉਹਨਾਂ ਨੂੰ ਵੀ ਪੁਰਾਣਾ ਹੋਣ ਦਾ ਜੇ ਟਾਈਮ ਚਾਹੀਦਾ, ਥੋੜ੍ਹਾ ਜਿਹਾ ਲੋਕਾਂ ਨੂੰ ਵੀ ਅਜੇ ਹੋਰ ਵੋਟਾਂ ਦੇ ਨੇੜੇ ਜਾਣ ਦੇਣਾ ਚਾਹੀਦਾ। ਸੋ ਕਈ ਚੀਜ਼ਾਂ ਵੇਖ ਕੇ ਉਹਨਾਂ ਨੇ ਜੇ ਅੰਦਾਜ਼ਾ ਲਾਇਆ ਨਾ ਵੀ ਅਜੇ ਵਕਤ ਨਹੀਂ ਗਾ, ਅਜੇ ਠੀਕ ਨਹੀਂ ਗਾ, ਇਹ ਉੱਦਾਂ ਹੀ ਜਿੱਦਾਂ ਚੁੱਲ੍ਹਾ ਨਹੀਂ ਅਜੇ ਬਣਾਇਆ ਹੁੰਦਾ ਬੀਬੀਆਂ ਨੇ, ਉਹ ਕਹਿੰਦੇ ਨਹੀਂ ਨਹੀਂ ਅਜੇ ਨਾ ਅੱਗ ਬਾਲਿਓ ਧੀ, ਇਹਦੇ 'ਚ ਅਜੇ ਨਾ ਇਹ ਥੋੜ੍ਹਾ ਜਿਹਾ ਗਿੱਲਾ, ਇਹਨੇ ਪਾੜ ਜਾਣਾ ਜੇ ਇਹਦੇ 'ਚ ਅੱਗ ਬਾਲੀ, ਇਹਨੂੰ ਸੁੱਕ ਲੈਣ ਦੋ, ਤਰੇੜਾਂ ਆਉਣੀਆਂ ਸਿੱਧੀਆਂ ਵੱਡੀਆਂ, ਤਰੇੜਾਂ ਆ ਜਾਣੀਆਂ, ਇਸ ਕਰਕੇ ਇਹਨੂੰ ਸੁੱਕ ਲੈਣ ਦੋ ਜੇ ਥੋੜ੍ਹੇ ਦਿਨ, ਇਹ ਜੇ ਚੁੱਲ੍ਹਾ ਸਿਖਾਉਂਦੇ ਆ। ਨਹੀਂ ਚਲੋ ਸੰਧਾਲੀਆ ਸਾਹਿਬ ਇੰਨਾ ਵਿਜੇ ਰੂਪਾਣੀ ਸਾਹਿਬ ਨੇ ਕਲੀਅਰ ਕਰ ਦਿੱਤਾ, ਪਰ ਇਹਦਾ ਮਤਲਬ ਹੈ ਕਿ ਰਾਹ ਖੁੱਲ੍ਹੇ ਰੱਖੇ ਆ। ਦੂਸਰੀ ਮੈਂ ਗੱਲ ਹੋਰ ਦੱਸਦਾ, ਹੁਣ ਬੀਤੇ 2 ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਬਿਆਨ ਨਹੀਂ ਹੈ ਕਿ ਨਾ ਜੀ ਸਾਡਾ ਗੱਠਜੋੜ ਤਾਂ ਹੋਣਾ ਹੀ ਨਹੀਂ, ਚਿੱਠੀ ਆ ਵੀ ਗਈ ਤਾਂ ਅਸੀਂ ਜਾਣਾ ਨਹੀਂ, ਇਹ ਚਿੱਠੀਆਂ ਚੁੱਠੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਸਾਨੂੰ ਪੰਜਾਬ ਸਭ ਤੋਂ ਪਹਿਲਾਂ, ਬਿਆਨ ਉੱਧਰਲੇ ਪਾਸਿਓਂ ਵੀ ਕੋਈ ਨਹੀਂ ਆਇਆ, ਰਾਹ ਰੂਪਾਣੀ ਸਾਹਿਬ ਨੇ ਵੀ ਥੋੜ੍ਹਾ ਜਿਹਾ ਖੁੱਲ੍ਹਾ ਰੱਖਿਆ। ਇਹਦਾ ਮਤਲਬ ਹੈ ਕਿ ਅਜੇ ਨਹੀਂ ਪਰ ਕਦੀ ਨਾ ਕਦੀ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਹੁਲਾਰਾ ਜਿਹਾ ਹੋਰ ਆਊਗਾ ਜ਼ਰੂਰ, ਖਾਸ ਤੌਰ ਦੇ ਉੱਤੇ ਯੂਨੀਫਾਰਮ ਸਿਵਲ ਕੋਡ ਦਾ ਮਸਲਾ ਜੇ ਕਿਤੇ ਨਿਬੜ ਗਿਆ ਜਾਂ ਠੰਡੇ ਬਸਤੇ ਦੇ ਵਿੱਚ ਹੀ ਪੈ ਗਿਆ, ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਥਿਤੀ ਜਿਹੜੀ ਹੈ ਜੇ ਬਹੁਤੀ ਨਹੀਂ ਥੋੜ੍ਹੀ ਜਿਹੀ ਸੁਖਾਲੀ ਜਿਹੜੀ ਹੈ ਸੰਧਾਲੀਆ ਸਾਹਿਬ ਹੋ ਜ਼ਰੂਰ ਜਾਣੀ ਹੈ, ਇਹ ਦੇਖਦੇ ਹਾਂ।